ਮੁਲਾਜ਼ਮਾਂ ਦੀ ਵੱਖ-ਵੱਖ ਮੰਗਾਂ ਨੂੰ ਪੂਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੀ ਡਰਾਈਵਰ ਅਤੇ ਮੁਲਾਜ਼ਮ ਯੂਨੀਅਨ ਵੱਲੋਂ ਸਰਾਭਾ ਨਗਰ ਸਥਿਤ ਜ਼ੋਨ ਡੀ ਦਫ਼ਤਰ ਤੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੀ ਮੰਗ ਹੈ ਕਿ ਡੀਸੀ ਰੇਟ ਤੇ ਕੰਮ ਕਰ ਰਹੇ ਡਰਾਈਵਰਾਂ ਨੂੰ ਪੱਕਾ ਕੀਤਾ ਜਾਵੇ, ਦਰਜਾ 4 ਮੁਲਾਜ਼ਮਾਂ ਨੂੰ ਪ੍ਰਮੋਟ ਕੀਤਾ ਜਾਵੇ, ਆਊਟਸੋਰਸਿੰਗ ਬੰਦ ਕੀਤੀ ਜਾਵੇ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਨੂੰ ਮਜਬੂਰ ਹੋਣਗੇ। ਇਹ ਮੰਗਾਂ ਸਾਡੀਆਂ ਪਿਛਲੇ 20-25 ਸਾਲ ਤੋਂ ਚੱਲੀ ਆ ਰਹੀਆਂ ਹਨ। ਪਿਛਲੇ 4 ਸਾਲ ਤੋਂ ਅਸੀਂ ਲਗਾਤਾਰ ਮੰਗ ਪੱਤਰ ਦੇ ਰਹੇ ਹਾਂ ਸਰਕਾਰ ਨੂੰ, ਵੱਖ ਵੱਖ ਸਮੇਂ 'ਤੇ ਕਮਿਸ਼ਨਰ ਸਾਹਿਬਾਨ ਨੂੰ ਦਿੱਤੀਆਂ ਨੇ ਡਿਮਾਂਡਾਂ ਲਿਖ ਕੇ ਦਿੱਤੀਆਂ। ਹਾਂ, ਪੱਖੀ ਹੰਗਾਰਾ ਜ਼ਰੂਰ ਭਰਿਆ ਗਿਆ ਵਾ, ਮੰਗਣਿਆ ਗਿਆ ਵੀ ਸਾਡੀ ਮੰਗਾਂ ਜਾਇਜ਼ ਅਤੇ ਹੱਕੀ ਨੇ, ਲੇਕਿਨ ਉਸ ਦੇ ਬਾਵਜੂਦ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈਗਾ। 2016 ਦੇ ਵਿੱਚ ਹਾਊਸ ਨੇ ਮਤਾ ਵੀ ਪਾਸ ਕਰਕੇ ਦਿੱਤਾ ਸੀ, ਲੇਕਿਨ ਸਰਕਾਰ ਨੇ ਉਹ ਰਿਜੈਕਟ ਕਰ ਦਿੱਤਾ। ਜਾ ਕੇ ਸਾਡੇ ਕਰਮਚਾਰੀਆਂ ਨੂੰ 1994-1998 ਤੋਂ ਡੀਸੀ ਰੇਟ 'ਤੇ ਚੱਲੇ ਆ ਰਹੇ ਹਨ, ਜਿਨ੍ਹਾਂ ਨੂੰ ਤਕਰੀਬਨ 25-21 ਸਾਲ ਕੰਮ ਕਰਦੇ ਨੇ ਹੋ ਗਏ ਹਨ, ਔਰ 20-22 ਸਾਲ 25-25 ਸਾਲ ਤੋਂ ਦਰਜਾ 4 ਕਰਮਚਾਰੀ ਜਿਵੇਂ ਸਫਾਈ ਸੇਵਕ, ਮਾਲੀ ਬੇਲਦਾਰ, ਬੇਲਦਾਰ, ਸੀਵਰਮੈਨ, ਵੱਖ ਵੱਖ ਕੈਟਾਗਰੀ ਦੇ ਦਰਜਾ 4 ਕਰਮਚਾਰੀ ਸੇਵਾ ਕਰ ਰਹੇ ਹਨ ਡਰਾਈਵਰ ਦੀ। ਉਹਨਾਂ ਤੋਂ ਡਰਾਈਵਰ ਦਾ ਕੰਮ ਤਾਂ ਲਿਆ ਜਾ ਰਿਹਾ, ਲੇਕਿਨ ਉਹਨਾਂ ਨੂੰ ਡਰਾਈਵਰ ਦੀ ਪੋਸਟ ਉੱਤੇ ਪਦਉੱਨਤ ਨਹੀਂ ਕੀਤਾ ਜਾ ਰਿਹਾ ਹੈਗਾ। ਸਾਨੂੰ ਮਜਬੂਰਨ ਜਿਹੜਾ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਵਾ, ਕਿਉਂਕਿ ਸਾਡੇ ਮੰਗ ਪੱਤਰਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜੇ ਇਸ ਵੇਲੇ ਅਸੀਂ ਸਿਰਫ 7 ਕਰਮਚਾਰੀ ਬੈਠਾਂਗੇ ਭੁੱਖ ਹੜਤਾਲ 'ਤੇ, ਲੇਕਿਨ ਜੇ ਲਗਾਤਾਰ ਸਾਡੀਆਂ ਮੰਗਾਂ ਦੇ ਉੱਤੇ ਨਹੀਂ ਧਿਆਨ ਦਿੱਤਾ ਗਿਆ, ਜੇ ਨਹੀਂ ਮੰਨਿਆ ਗਿਆ ਤਾਂ ਮਜਬੂਰਨ ਸਾਨੂੰ ਸ਼ਹਿਰ ਵੀ ਬੰਦ ਕਰਨਾ ਪੈ ਸਕਦਾ ਹੈ। ਜਿਹੜੀਆਂ ਵੱਖ ਵੱਖ 13 ਯੂਨੀਅਨਾਂ ਨੇ ਸਾਡੀਆਂ, ਅਸੀਂ ਵੱਖ ਵੱਖ ਸਮੇਂ ਦੇ ਦੌਰਾਨ ਇਹਨਾਂ 'ਤੇ ਜਾਇਜ਼ ਮੰਗਾਂ ਲਈ ਆਪਣੀਆਂ ਡਿਮਾਂਡਾਂ ਇਹਨਾਂ ਦੇ ਉੱਤੇ ਮੰਗ ਪੱਤਰ ਦਿੰਦੇ ਰਹੇ ਹਾਂ, ਲਿਖਤੀ ਤੌਰ 'ਤੇ, ਜ਼ਬਾਨੀ ਤੌਰ 'ਤੇ ਵੀ, ਰੈਲੀਆਂ ਕਰਕੇ ਵੀ ਵਾਰ ਵਾਰ ਕਿਹਾ। ਹਰ ਵਾਰ ਇਹ ਤਾਂ ਮੰਨਿਆ ਐਡਮਿਨਿਸਟ੍ਰੇਸ਼ਨ ਨੇ ਤੁਹਾਡੀਆਂ ਡਿਮਾਂਡਾਂ ਜਾਇਜ਼ ਨੇ, 6-7-18 ਨੂੰ ਵੀ ਮੀਟਿੰਗ ਹੋਈ ਸੀ, ਉਹਦੇ 'ਚ ਵੀ ਮੰਨਿਆ, ਠੀਕ ਹੈ। ਤੁਸੀਂ ਇਹ ਦੇਖੋ ਵੀ ਨਗਰ ਨਿਗਮ 300 ਦੇ ਕਰੀਬ ਗੱਡੀਆਂ ਚਲਾਉਂਦੀ ਪਈ ਹੈ, ਡਰਾਈਵਰ 35 ਨੇ ਪੱਕੇ। 15 ਸਾਲ ਤੋਂ ਜਿਹੜੇ ਬੰਦੇ ਸਫਾਈ ਸੇਵਕ ਹੈ ਜਾਂ ਬੇਲਦਾਰ ਹੈ ਜਾਂ ਕੋਈ ਡੀਸੀ ਰੇਟ 'ਤੇ ਮੁਲਾਜ਼ਮ ਲੱਗਿਆ, ਉਹਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਉਹਦੀ ਜੋਬ ਸਿਕਿਉਰਿਟੀ ਕੋਈ ਨਹੀਂ ਹੈ। ਤਾਂ ਇਹ ਹੱਕੀ ਅਰਜਾਇਜ਼ ਮੰਗ ਹੈ, ਕਿਉਂ ਨਹੀਂ 300 ਪੋਸਟਾਂ, ਜਦ 300 ਗੱਡੀਆਂ ਨਗਰ ਨਿਗਮ ਨੇ ਚਲਾਉਣੀਆਂ ਨੇ ਤਾਂ 300 ਅਸਾਮੀਆਂ ਕਿਉਂ ਨਹੀਂ ਸੈਂਕਸ਼ਨ ਹੋ ਸਕਦੀਆਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।